ਅਸਲਾਮੁਆਲਿਕੁਮ ਵਰ ਰਹਿਮਤੁਲਲਾਹੀ ਵ ਬਰਕਾਤੁਹ ਕੀ ਹਾਲ ਹੈ ਮੇਰੇ ਭਰਾਵਾਂ ਦਾ ਠੀਕ ਹੋ ਅੱਜ ਮੈਂ ਜਿਹੜਾ ਇੱਕ ਨੁਮਾਨ ਲੈ ਕੇ ਆ ਤੁਹਾਡੇ ਵਾਸਤੇ ਮੌਜੂ ਹੈ ਇਹ ਵੀ ਉਬਰਤ ਦਾ ਇੱਕ ਨਿਸ਼ਾਨ ਨੇ ਉਹਦੇ ਤੋਂ ਨਸੀਹਤ ਫਦਨੀ ਚਾਹੀਦੀ ਏ ਇੱਕ ਬੰਦਾ ਨਮਾਜ਼ੀ ਏ ਪਾਇਂਟ ਟਾਈਮ ਦਾ ਮਸਜਿਦ ਜਾਂਦਾ ਰਮਜ਼ਾਨ ਦਾ ਮਹੀਨਾ ਹੁੰਦਾ ਤੇ ਆਪਣੀ ਬੀਗਮ ਨਾਲ ਸਲਾਹ ਕਰਦਾ ਆਦਾ ਹੈ ਜਨਾਨੀ ਆਪਣੇ ਨਾਲ ਸਲਾਹ ਕਰਦੇ ਆਦੇ ਆ ਵਾਸੀ ਵੀ ਇਸ ਵਾਰੀ ਨਾ ਅਫਤਾਰੀ ਕਰਾਈਏ ਸਲਾਹ ਹੋ ਜਾਂਦੀ ਏ ਬੀਵੀ ਹੁੰਦੀ ਕਹਿੰਦੀ ਏ ਠੀਕ ਐ ਅਸੀਂ ਵੀ ਇਫਤਾਰੀ ਕਰਾਨੇ ਆ ਕਿ ਸਲਾਹ ਕਰ ਲੈਂਦੇ ਨੇ ਬਬਰਕਤ ਤੇ ਮਹੀਨਾ ਹੁੰਦਾ ਰਮਜ਼ਾਨ ਦਾ ਰਹਿਮਤ ਵਾਲਾ ਮਹੀਨਾ ਹੁੰਦਾ ਹੈ ਤੇ ਮੌਲਵੀ ਸਾਹਿਬ ਨੂੰ ਦਾਵਤ ਦਿੰਦੇ ਨਾਲ ਦਿਨ ਵਾ ਸਾਡੇ ਘਰ ਫਲਾਣੇ ਦਿਹਾੜੇ ਇਫਤਾਰੀ ਹੈ ਤਾਂ ਤੁਸੀਂ ਆਵਿਆ ਜੇ ਦੁਆ ਸ਼ਵਾ ਵਾਸਤੇ ਮੌਲਵੀ ਸਾਹਿਬ ਅਬਸਰ ਦਾ ਟਾਈਮ ਹੁੰਦਾ ਨਮਾਜ਼ ਨਮਾਜ਼ ਪੜ੍ਹ ਕੇ ਉਹ ਬੰਦੇ ਨਾਲ ਹੀ ਘਰ ਆ ਜਾਂਦੇ ਨੇ ਘਰ ਆ ਕੇ ਤੇ ਉਹਨਾਂ ਜਿਹੜੇ ਕਮਰੇ ਵਿੱਚ ਬਿਠਾਉਂਦੇ ਨੇ ਮੌਲਵੀ ਸਾਹਿਬ ਨੂੰ ਉੱਥੇ ਉਹ ਫਰੂਟ ਸ਼ਰੂਟ ਅੱਗੇ ਪਿੱਛੇ ਉਹਨਾਂ ਦੁਆਵਾ ਸ਼ਵਾਵਾ ਕੀਤੀਆਂ ਕੁਰਾਨ ਹਨ ਕੀਤੀ ਕਰਕੇ ਇਫਤਾਰੀ ਤੋਂ ਬਾਅਦ ਮੌਲਵੀ ਸਾਹਿਬ ਚਲੇ ਜਾਂਦੇ ਨੇ ਕਿ ਮੌਲਵੀ ਸਾਹਿਬ ਚਲੇ ਜਾਂਦੇ ਨੇ ਤਾਂ ਉਹਦੀ بیوی ਕਿਹੜੀ ਹੈ ਨਾ ਬੇਗਮ ਹੁੰਦੀ ਉਹ ਬਰਤਨ ਇਕੱਠੇ ਕਰਨ ਵਾਸਤੇ ਉਸ ਕਮਰੇ ਦੇ ਵਿੱਚ ਜਾਂਦੀ ਹੈ ਜਾ ਕੇ ਤੇ ਵੇਧੀਏ ਉਸ ਪੈਸੇ ਕਿਧਰੇ ਧਰੇ ਹੁੰਦੇ ਨੇ ਉਸ ਕਮਰੇ ਵਿੱਚ ਤੇ ਉਹ ਪੈਸੇ ਕੋ ਨਹੀਂ ਹੁੰਦੇ ਤੋ ਆਪਣੇ ਬੰਦੇ ਨਾ ਦਈਏ ਜਨੇ ਨਾ ਆਪਣੇ ਨਾ ਦਈਏ ਵੱਲਾ ਦੇ ਬੰਦਿਆ ਮੌਲਵੀ ਅਰੀ ਮੇਰੇ ਪੈਸੇ ਲੈ ਗਏ ਚੋਕ ਕੇ ਬੰਦਾ ਦਾ ਵ ਪੈਸੇ ਮੌਲਵੀ ਰੀ ਤੇਰੇ ਕਿਉਂ ਚੋਕ ਕੇ ਲੈ ਗਏ ਨੇ ਮੌਲਵੀ ਨੇ ਕਿਹੜੇ ਤੇਰੇ ਪੈਸੇ ਦੀ ਲੋੜ ਆਈ ਉਹ ਸਕਾ ਤੂੰ ਮੈਨ ਕੱਲ 5000 ਰੁਪਇਆ ਦਿੱਤਾ ਈ ਤੇ ਮੈਂ ਫਲਾਣੀ ਜਗ੍ਹਾ ਤੇ ਕਮਰੇ ਚ ਰੱਖਿਆ ਈ ਹੁਣ ਮੈਂ ਬਰਤਨ ਚੁੱਕਣ ਗਈਆਂ ਤੋ 5000 ਰੁਪਇਆ ਕੋ ਨਹੀਂ ਪਿਆ ਬੰਦਾ ਆਦਾ ਮੌਲਵੀ ਰਖ ਫਤਨ ਕਿੰਨੇ ਯਕੀਨ ਲੈ ਗਏ ਉਸ ਸਾ ਕਿ ਮੈਂ ਤਾਂ ਯਕੀਨ ਇਹ ਮੌਲਵੀ ਰਹੀ ਲੈ ਗਏ ਨੇ ਕਿ ਕੱਲ ਤੋਂ ਲੈ ਕੇ ਮੌਲਵੀ ਰਹਿੰਦੇ ਹੋਂ ਤੱਕ ਉਸ ਕਮਰੇ ਚ ਇੱਕ ਬੰਦਾ ਵੀ ਨਹੀਂ ਗਿਆ ਉਹ ਕੋਈ ਬੰਦਾ ਜਾਂਦਾ ਕੋਈ ਬਸ਼ਰ ਜਾਂਦਾ ਤੇ ਮੈਂ ਤਾਂ ਉਹ ਲੈ ਗਏ ਹੁਣ ਗੈਸ ਰ ਮੌਲਵੀ ਰਹਿੰਦੇ ਮੈਂ ਪੂਰਾ ਯਕੀਨ ਇਹ ਕਿ ਮੌਲਵੀ ਰਹੀ ਪੈਸੇ ਲੈ ਗਏ ਨੇ ਲਿਆਜ਼ਾ ਤੂੰ ਇੰਜ ਕਰ ਮੌਲਵੀ ਰਹਿੰਦੇ ਕੋ ਪੁੱਛ ਬਸ ਤੂੰ ਸਾ ਪੈਸੇ ਤੇ ਨਹੀਂ ਖੜੇ ਸਾਡੇ ਤੇ ਦੇ ਛੱਡੋ ਜੇ ਖੜੇ ਜਿਤੇ ਬੰਦਾ ਆ ਦੇਵਾ ਗੱਲ ਲੈਂ ਜੇ ਮੈਂ ਉਹਦੇ ਕੋਲ ਨਹੀਂ ਪੁੱਛਣਾ ਵਾ ਤੂੰ ਪੈਸ ਸ਼ਹਿ ਤੇਰੀ ਹੀ ਤੂੰ ਸਾਂਭ ਨਹੀਂ ਆਈ ਕਿਸੇ ਤੇ ਇਲਜ਼ਾਮ ਨਹੀਂ ਲਾਈਦਾ ਆਪਣੀ ਸ਼ਹਿ ਸਾਂਭੀਏ ਨਾ ਤੂੰ ਲਿਆਦਾ ਸਾਂਭੇ ਨਹੀਂ ਮੈਂ ਮੌਲਵੀ ਰੰਦੇ ਕੋ ਪੁੱਛਣੇ ਕੋ ਨਹੀਂ ਪੁਆਇੰਟ ਆ ਮਦਨ ਮਾਜ਼ੀ ਪਰ ਅੱਗੇ ਮੌਲਵੀ ਰੰਦੇ ਨਾਲ ਉਹਨਾਂ ਦੀ ਚੰਗੀ ਸਲਾਮਤ ਹੋਈ ਖੁੱਲੀ ਗੱਪਸ਼ਪ ਆਈ ਕਿਸਲੇ ये वाकया हों उस तो बाद अगलिया गलत ख़त्म हो जाएवीर गपश शप कौन नहीं लगती इो सलाम दुआ तक ही रहती है मेरी गल कि सलाम दुआ तक रहती है तो साल फिर ऊँदा अगो तो फिर रमज़ान का महीना ऊँंद मूलवीर भी सोचते हैं बंद अगर बड़ा कच्छा है सलाम दुआ गप शप लाता है ऊन कौन नहीं लाता है वैसे ही कि अगला साल ऊँंद रमज़ान का महीना ऊँह ਮੌਲਵੀ ਅਰਨ ਫਿਰ ਉਹ ਦਾਵਤ ਦਿੰਦੇ ਨੇ ਇਫਤਾਰੀ ਵਾਸਤੇ ਆਓ ਕੁਰਾਨ ਖਾਨੀ ਕਰਿਆ ਜੇ ਮੌਲਵੀ ਰ ਫਿਰ ਚਲੇ ਜਾਂਦੇ ਨੇ ਜਾਂਦੇ ਨੇ ਤੇ ਮੌਲਵੀ ਰ ਕਿਸਲ ਕਮਰੇ ਹੀ ਬੰਦੇ ਜਾਂਦੇ ਨੇ ਤੇ ਬੰਦਾ ਆਦਾ ਮੌਲਵੀ ਰ ਸਵਾਲ ਕਰਦੇ ਨੇ ਅੱਲਾ ਦੇ ਬੰਦਿਆ ਸਾਲ ਪੂਰਾ ਹੋ ਗਿਆ ਅੱਗੇ ਜਿਹੜੇ ਸਾਡੇ ਤਲਕ ਆ ਨਾ ਤੇਰੇ ਮੇਰੇ ਦੋਹਾਂ ਦੇ ਤਲਕ ਆ ਉਹ ਤਲਕ ਖਰਾਬ ਹੋ ਗਏ ਨੇ ਹਾਇਰ ਹੋਵੇ ਸੇ ਹੀ ਨੀਂ ਸਲਾਮ ਦੁਆ ਤੱਕ ਰਹਿ ਗਏ ਨੇ ਆਦਾ ਮੌਲਵੀ ਸਾਹਿਬ ਤੁਸੀਂ ਪਿਛਲੇ ਸਾਲ ਇਫਤਾਰੀ ਕਰਨ ਆਇਆ ਹੋ ਨਾ ਤੇ ਤੁਸਾਂ 5000 ਰੁਪਇਆ ਸਾਡੇ ਕੋਲੋਂ ਚੁੱਕ ਕੇ ਲੈ ਗਏ। ਲਿਆਜ਼ਾ ਉਹ 5000 ਰੁਪਇਆ ਸਾਂ ਤੁਸੀਂ ਦੇ ਛਡੋ ਤਾਂ ਤਲਾਕ ਫਿਰ ਬਹਾਲ ਹੋ ਜਾਂਦੇ। ਮੌਲਵੀ ਇਹ ਗੱਲ ਮੌਲਵੀ ਰ ਸੁਣਦੇਗਾ ਤੇ ਮੌਲਵੀ ਢਾਈ ਮਾਰ ਕੇ ਰੋਂਣ ਲੱਗ ਪਤਾ ਹੈ। ਕਿ ਟਾਈਮ ਮਾਰ ਕੇ ਉਹ ਬੰਦਾ ਪੁੱਛਦਾ ਮੌਲਵੀ ਸਾਹਿਬ ਮੈਂ ਤੁਹਾਡੇ ਕੋਲੋਂ 5000 ਦਾ ਮੁਤਾਲਬਾ ਕੀਤਾ ਕੋਈ ਤੁਹਾਨੂੰ ਫੈਰ ਨਹੀਂ ਮਾਰਿਆ ਕੋਈ ਗੱਲ ਨਹੀਂ ਹੋਰ ਕੀਤੀ ਤੁਸੀਂ ਟਾਈਮ ਮਾਰ ਕੇ ਰੋਂਦੇ ਹੋ ਪੈ। ਮੌਲਵੀ ਰਿਆਦ ਨੇ ਅੱਲਾ ਦੇ ਬੰਦੇ ਉਹ ਮੈਂ ਰੋਂਦਾ ਇਸ ਗੱਲੋਂ ਆ ਦੀਨਦਾਰ ਕਰਾਨਾ ਤੁਹਾਡਾ ਦੀਨਦਾਰ ਬੰਦੇ ਹੋ ਤੁਸੀਂ ਅਫਸੋਸ ਹੋਇਆ ਮੈਨੂੰ ਇਸ ਗੱਲ ਦਾ ਕਿ ਇਹ ਦੀਨਦਾਰ ਕਰਾਨਾ ਵੀ ਹੋ ਕੇ ਤੇ ਮੈਂ ਤੇ ਉਹ ਪੈਸੇ ਅੰਦਰ ਵੜਿਆ ਇੰਨੇ ਕ ਬਾਅਦ ਤੁਸੀਂ ਦੀਨਦਾਰ ਕਰਾਨਾ ਉਹਨੇ ਦੇ ਬਾਵਜੂਦ ਕਿ ਤੁਸੀਂ ਕੁਰਾਨ ਪਾਕ ਨਾ ਨਹੀਂ ਖੋਲਿਆ ਮੈਂ ਜਿਸਲੇ ਉਸ ਕਮਰੇ ਚ ਪਿਛਲੇ ਸਾਲ ਆਇਆ ਹੀ ਤੇ ਪੈਸ ਪੱਖਾ ਚੱਲਦਾ ਹੀ ਪਿਆ ਤੇ ਪੈਸੇ ਤੁਹਾਡੇ ਉੱਡਦੇ ਆਣ ਪਏ ਮੈਂ ਕੀ ਕੀਤਾ ਮੈਂ ਖਿੰਝੇ ਉੜ ਕੇ ਖਿੱਲਰ ਦੇ ਪੈ ਮੈਂ ਉਹ ਪੈਸੇ ਇਕੱਠੇ ਕੀਤੇ ਇਕੱਠੇ ਕਰਕੇ ਚੋਕ ਕੇ ਕੁਰਾਨ ਪਾਕ ਦੇ ਵਿੱਚ ਰੱਖ ਛੱਡੇ ਸਾਲ ਪੂਰਾ ਲੱਗ ਗਿਆ ਤਸੋਂ ਕੁਰਾਨ ਪਾਕ ਫੋਲੇ ਹੀ ਨਹੀਂ ਪੜ੍ਹੇ ਹੀ ਨਹੀਂ ਤਲਾਵਤ ਨਹੀਂ ਉਹਦੀ ਕੀਤੀ ਜ਼ਿਆਰਤ ਨਹੀਂ ਕੀਤੀ ਅੱਲਾਹ ਦੀ ਪਾਕ ਕਲਾਮ ਹੈ ਮੈਂ ਰੋਂਦਾ ਤੇ ਇਸ ਗੱਲਾਂ ਪਿਆ ਤੂੰ ਇੰਜ ਕਰ ਉੱਠ ਤਾਂ ਕੁਰਾਨ ਪਾਕ ਚੋਕ ਕੇ ਲਿਆ ਬੰਦਾ ਗਿਆ ਉੱਠ ਕੇ ਚੋਕ ਕੇ ਕੁਰਾਨ ਪਾਕ ਲਿਆਂਦਾ ਆਖਿਆ ਖੋਲ ਮੌਲਵੀ ਰਾਣਾ ਖੋਲ ਆਖਿਆ ਤੂੰ ਹੀ ਖੋਲ ਉਸ ਜੇਸਲ ਕੁਰਾਨ ਪਾਕ ਖੋਲਿਆ ਤੇ ਵਿੱਚ 5000 ਰੁਪਿਆ ਲਿਹਾਜ਼ਾ ਮੇਰੇ ਭਰਾਵਾਂ ਉਹ ਕਿਸੇ ਤੇ ਬੁਤਾਂ ਲਾਨ ਤੋਂ ਪਹਿਲਾਂ ਤੁਸੀਂ ਆਪਣੇ ਗਰੀਬਾਂ ਵਿੱਚ ਵੀ ਚਾਂਕ ਲਿਆ ਕਰੋ ਕਿ ਕਿਸੇ ਦੇ ਬੁਤਾਂ ਲਾਨ ਦਾ ਬੜਾ ਸੌਖਾ ਹੈ ਅੱਲਾਹ ਪਾਕ ਨੇ ਇੱਕ ਕਿਤਾਬ ਭੇਜੀ ਏ ਪੜਨ ਵਾਸਤੇ ਪੜ੍ਹਾਈ ਵਾਸਤੇ ਇਸ ਗੱਲੇ ਵਾਸਤੇ ਨਹੀਂ ਭੇਜੀ ਕਿ ਝੂਠੇ ਕੁਰਾਨ ਨਿਆਵਾ ਵਾਸਤੇ ਪਰੋ ਵਿੱਚ ਲੈ ਜੋ ਨਿਆ ਇਹਦਾ ਦੇ ਛੱਡੋ ਜਾਂ ਕਸਮਾਂ ਵਾਸਤੇ ਕੁਰਾਨ ਰਹਿਮਤ ਵਾਸਤੇ ਆਇਆ ਹੈ ਇਹਦੀ ਪੜਾਈ ਕਰਿਆ ਕਰੋ ਲਿਆਜ਼ਾ ਮਿੰਦ ਦੀ ਇਜਾਜ਼ਤ ਮੈਂ ਤੁਹਾਡਾ ਵੀਰਪਰਾ ਮੁਹੰਮਦ ਜ਼ਬੇਰ ਇੱਕ ਹੋਰ ਵੀਡੀਓ ਦੇ ਨਾਲ ਹਾਜ਼ਰ ਹਾਂ ਦਾ ਅਸਲਾਮੁਅਲੈਕਮ